ਬਠਿੰਡਾ ਦੇ ਲਹਿਰਾ ਬੇਗਾ ਟੋਲ ਪਲਾਜ਼ਾ ਅਤੇ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕੀਤੀ ਗਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਟਰੈਕਟਰ ਪਰੇਡ ਸੋਮਵਾਰ ਨੂੰ 2 ਵਜੇ ਦੇ ਲਗਭਗ ਬਠਿੰਡਾ ਦੇ ਲਹਿਰਾ ਬੇਗਾ ਟੋਲ ਪਲਾਜ਼ਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੂੰ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ WTO ਦਾ ਵਿਰੋਧ ਕੀਤਾ ਜਾ ਰਿਹਾ, ਉੱਥੇ ਨਾਲ ਜੋ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਦਿੱਲੀ ਸੰਘਰਸ਼ ਕਰਨ ਜਾ ਰਹੇ ਕਿਸਾਨਾਂ ਦੇ ਉੱਤੇ ਅੱਤਿਆਚਾਰ ਕੀਤਾ ਗਿਆ, ਉਸ ਦਾ ਵਿਰੋਧ ਕਰਦੇ ਹੋਏ ਅੱਜ ਉਹਨਾਂ ਵੱਲੋਂ ਟਰੈਕਟਰ ਪਰੇਡ ਕੀਤੀ ਜਾ ਰਹੀ ਹੈ। ਹਾਂਜੀ ਪ੍ਰਧਾਨ ਜੀ, ਕੀ ਨਾਮ ਅਤੇ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪ੍ਰਦਰਸ਼ਨ ਕਰ ਰਹੇ? ਮੇਰਾ ਨਾਮ ਬੂਟਾ ਸਿੰਘ ਤੌਂਗਾ ਜੀ, ਬਲਾਕ ਪ੍ਰਧਾਨ ਭਾਰਤੀ ਕਿਸਾਨ ਡਕੌਂਦਾ। ਜਿਹੜਾ ਅੱਜ ਪ੍ਰਦਰਸ਼ਨ ਕਰ ਰਹੇ ਹੋ ਟਰੈਕਟਰ ਲਾ ਕੇ, ਕੀ ਮਾਮਲਾ ਹੈ? ਇਹ ਸਬੁੱਤ ਮੋਰਚੇ ਦੇ ਸੱਦੇ ਤੇ ਜੋ ਵੀ ਭਾਰਤ ਦੇ ਵਿੱਚ WTO ਜਿਹੜੀਆਂ ਇਹ ਨੀਤੀਆਂ ਲੈ ਕੇ ਆਏ ਆ ਉਹਦੇ ਵਿਰੋਧ ਦੇ ਵਿੱਚ ਸਾਰੀ ਮਤਲਬ ਭਾਰਤ ਦੇ ਵਿੱਚ ਇਹ ਮਤਲਬ ਪਰੇਡ ਟਰੈਕਟਰ ਪਰੇਡ ਕਰ ਰਹੇ ਹੈ। ਇਹ ਟਰੈਕਟਰ ਪਰੇਡ ਇਕੱਲੀ ਪੰਜਾਬ ਦੇ ਵਿੱਚ ਨਹੀਂ, ਬਾਹਰਲੇ ਦੇਸ਼ਾਂ ਦੇ ਵਿੱਚ ਵੀ ਹੈ, ਕਿਉਂਕਿ ਜੋ ਵੀ ਇੱਥੋਂ ਸਰਕਾਰਾਂ ਦੀਆਂ ਨੀਤੀਆਂ ਖਿਲਾਫ ਅਸੀਂ ਇਹ ਮਤਲਬ ਪ੍ਰੋਗਰਾਮ ਦਿੱਤਾ ਸਬੁੱਤ ਮੋਰਚੇ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚ, ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਰੜਕ ਰਹੀਆਂ ਮੰਗਾਂ ਨੂੰ ਲੈ ਕੇ ਜਾਂ ਸਾਡੇ ਕਿਸਾਨਾਂ ਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਹੈ, ਜਿਹੜਾ ਜਮਹੂਰੀ ਹੱਕ ਹੈ ਸਾਡਾ ਉਹ ਖੋਹਿਆ ਜਾ ਰਿਹਾ ਹੈ, ਵੀ ਜੋ ਵੀ ਇਹ ਜਿਹੜੀ WTO ਹੈ, ਜਿਹੜੀ ਇਹ ਮਤਲਬ ਉਹ ਹੈ ਬਣੀ ਹੋਈ ਹੈ, ਇਹ ਲੋਕ ਵਿਰੋਧੀ ਹੈ, ਇਸ ਕਰਕੇ ਅੱਜ ਅਸੀਂ ਸੜਕਾਂ ਤੇ ਆਏ ਹਾਂ ਟਰੈਕਟਰ ਮਾਰਚ ਕਰਨ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਵਰਨ ਸਿੰਘ ਹੈ ਜੀ, ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਦਾ ਕਨਵੀਨਰ ਹੈ ਮੈਂ। ਅੱਜ ਅਸੀਂ ਆਹ ਟਰੈਕਟਰ ਪਰੇਡ ਕਰ ਰਹੇ ਹਾਂ ਲਹਿਰਾ ਬੇਗਾ ਜਿਹੜਾ ਟੋਲ ਪਲਾਜ਼ਾ, ਇਹਦੇ ਉੱਪਰ ਖੜੇ ਹਾਂ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਸਾਥ ਹੈ ਨਾਲ, ਸਾਡੇ ਅਸੀਂ ਇਕੱਠੇ ਇੱਥੇ ਪ੍ਰਦਰਸ਼ਨ ਕਰ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ। ਪੰਜਾਬ ਦੇ ਨਾਲ ਹੋਰਾਂ ਸੂਬਿਆਂ ਦੇ ਵਿੱਚ ਵੀ ਅੱਜ ਟਰੈਕਟਰ ਪਰੇਡ ਹੋ ਰਹੀ ਹੈ। ਮਾਮਲਾ ਇਹਦੇ ਵਿੱਚ ਜਿਹੜਾ ਤਤਕਾਲੀ ਮਾਮਲਾ ਤਾਂ ਇੱਕ ਆਹੀ ਲਮਕਿਆ ਹੋਇਆ ਜੀ, ਆਪਣਾ ਜਿਹੜਾ ਦਿੱਲੀ ਦੇ ਬਾਰਡਰ, ਆਪਣਾ ਹਰਿਆਣੇ ਦੇ ਬਾਰਡਰ ਦੇ ਉੱਪਰ ਜਿਹੜਾ ਕਿਸਾਨਾਂ ਦੇ ਉੱਪਰ ਤਸ਼ੱਦਦ ਢਾਇਆ ਸੀ ਹਰਿਆਣਾ ਪੁਲਿਸ ਨੇ, ਪੰਜਾਬ ਦੇ ਏਰੀਏ ਦੇ ਵਿੱਚ ਆ ਕੇ ਕੁਛ ਨੌਜਵਾਨਾਂ ਨੂੰ ਚੱਕ ਕੇ ਲੈ ਗਏ ਸੀ, ਕੁਛ ਦੇ ਸੱਟਾਂ ਮਾਰ ਗਏ ਸੀਗੇ, ਬਹੁਤ ਗੰਭੀਰ ਜ਼ਖਮੀ ਹੈ, ਇੱਕ ਕਾਰਨ ਇਹ ਸੀ। ਬਾਕੀ ਕੁਛ ਸਾਡੀਆਂ ਰਹਿੰਦੀਆਂ ਮੰਗਾਂ ਸੀ ਜਿਹੜੀਆਂ ਦਿੱਲੀ ਅੰਦੋਲਨ ਵੇਲੇ ਪਹਿਲਾਂ ਦੀਆਂ ਲਮਕਰੀਆਂ ਮੰਗਾਂ ਸੀਗੀਆਂ, ਹੱਕੀ ਮੰਗਾਂ ਸੀ, ਉਹਨਾਂ ਦੇ ਵਾਸਤੇ ਸਾਨੂੰ ਇਹ ਪ੍ਰਦਰਸ਼ਨ ਕਰਨੇ ਪਏ ਆ। WTO ਦਾ ਵੀ ਕਿਸ ਤਰ੍ਹਾਂ ਵਿਰੋਧ ਕੀਤਾ ਜਾ ਰਿਹਾ ਹੈ? ਜਿਹੜਾ ਭਾਰਤ ਦੇ ਵਿੱਚ WTO ਦੀ ਮੀਟਿੰਗ ਹੋ ਰਹੀ ਹੈ ਉਹਦਾ ਅਸੀਂ ਇਹ ਵਿਰੋਧ ਕਰ ਰਹੇ ਹਾਂ, ਜਿਹੜੇ WTO ਨੀਤੀਆਂ ਲੈ ਕੇ ਆ ਰਿਹਾ ਉਹ ਕਿਸਾਨਾਂ ਮਜ਼ਦੂਰਾਂ ਛੋਟੇ ਕਾਰਖਾਨੇ ਵਾਲਿਆਂ ਨੂੰ ਛੋਟੇ ਦੁਕਾਨਦਾਰੀ ਵਾਸਤੇ ਉਹ ਜਿਹੜੀਆਂ ਹੈਗੀਆਂ ਨੀਤੀਆਂ ਠੀਕ ਨਹੀਂ ਗੀਆਂ, ਉਹਨਾਂ ਦੀ ਰੋਜ਼ੀ ਰੋਟੀ ਦਾ ਫਿਕਰ ਹੈ, ਉਹਨਾਂ ਦੀ ਰੋਜ਼ੀ ਰੋਟੀ ਸਾਨੂੰ ਜਾਂਦੀ ਦਿਸਦੀ, ਅਸੀਂ ਤਾਂ ਕਰਕੇ ਜ਼ੋਰ ਮਾਰ ਰਹੇ ਹਾਂ ਵੀ ਹਜੇ ਮੌਕਾ ਹੈਗਾ, ਸੰਭਲ ਜੀਏ, ਲੋਕਾਂ ਨੂੰ ਵੀ ਇਸ ਗੱਲ 'ਤੇ ਅਸੀਂ ਇਕੱਠੇ ਕਰ ਰਹੇ ਹਾਂ ਵੀ ਨਾਲ ਆ ਜਾਓ, ਸਾਥ ਦੇ ਲਓ, ਅਤੇ ਅੱਜ ਮੌਕਾ ਆਪਣੇ ਕੋਲ, ਜੇ ਸਮਾਂ ਲੰਘ ਗਿਆ ਮੁੜ ਕੇ ਆਪਣੇ ਹੱਥ ਨਹੀਂ ਆਉਣਾ। ਹਾਂਜੀ, ਜਿਹੜਾ WTO ਦੀਆਂ ਮੇਨ ਨੁਕਸਾਨ ਤਾਂ ਜੀ ਦੇਖੋ, ਜਿਹੜੇ ਦੇਸ਼ਾਂ ਦੇ ਵਿੱਚ ਪਹਿਲਾਂ ਸਾਰਾ ਲਾਗੂ ਹੋਇਆ ਵਾ, ਜਿਵੇਂ ਖੇਤੀ ਦਾ ਮਾਡਲ ਲਾ ਲਓ, ਉਹਦੇ ਵਿੱਚ ਹੈਗਾ ਵੀ ਵੱਡੀ ਫਾਰਮਿੰਗ ਨੂੰ ਆਇਆ, ਵੱਡੀ ਮਸ਼ੀਨਰੀ ਆ ਜਾਣੀ ਹੈ, ਜਿਹੜੀ ਖੇਤੀ ਦੇ ਨਾਲ ਉਸ ਜਨਰਲ ਕਾਸਟ ਹੈ ਉਹ ਮਾਲਕੀ ਦੇ ਤੌਰ 'ਤੇ ਕੰਮ ਕਰਦੀ ਹੈ, ਜਿਹੜੀ ਉਹਨਾਂ ਦੇ ਨਾਲ ਹੈਲਪਰ ਦੇ ਤੌਰ 'ਤੇ ਜਿੰਨੀ ਸ਼੍ਰੇਣੀ ਕੰਮ ਕਰਦੀ ਹੈ ਉਹ ਵੀ ਬੇਰੁਜ਼ਗਾਰ ਹੋ ਜੂਗੀ। ਅੱਜ ਜਿਹੜਾ ਸਮਾਂ ਗਾ ਉਹ ਜੇ ਬੇਰੁਜ਼ਗਾਰੀ ਹੋ ਗਈ ਤਾਂ ਨਾਲ ਦੀ ਨਾਲ ਮਦਵਾੜੇ ਦੇ ਵਿੱਚ ਹੋਰ ਚਲੇ ਜਾਵਾਂਗੇ ਆਪਾਂ, ਉਹਨਾਂ ਦੀ ਖਰੀਦ ਸ਼ਕਤੀ ਹੋਰ ਘੱਟ ਜਾਣੀ ਹੈ, ਜੇ ਉਹਨਾਂ ਕੋਲ ਪੈਸੇ ਨਾ ਹੋਏ ਭੁੱਖਮਰੀ ਹੋਰ ਵੱਧ ਜਾਣੀ ਹੈ, ਉਹ ਕਿੱਥੋਂ ਲਿਆਉਣਗੇ, ਆਪਦੀਆਂ ਲੋੜਾਂ ਕਿਵੇਂ ਪੂਰੀਆਂ ਕਰਨਗੇ। ਦੂਸਰੇ ਨੰਬਰ 'ਤੇ ਜੇ ਆਪਾਂ ਦੁਕਾਨਦਾਰੀ ਦੀ ਗੱਲ ਕਰੀਏ, ਜਿਵੇਂ ਮੰਡੀਆਂ ਲਾ ਲਓ ਜਾਂ ਸ਼ਹਿਰ ਦੇ ਵਿੱਚ ਛੋਟੀ ਦੁਕਾਨਦਾਰੀ ਹੈ ਉਹ ਕੰਮ ਕਰਦੀ ਹੈ, ਜੇ ਇਸੇ ਦੀ ਜਗ੍ਹਾ 'ਤੇ ਤਰਜ਼ ਦੇ ਵੱਡੇ ਮੌਲ ਆ ਗਏ ਉਹਦੇ ਵਿੱਚ ਕਿੰਨੇ ਕੁ ਜਣਿਆਂ ਨੂੰ ਆਪਾਂ ਰੁਜ਼ਗਾਰ ਦੇ ਲਾਂਗੇ, ਉਹ ਸਾਰੇ ਫੇਲ ਹੋ ਜਾਣਗੇ, ਉਹਨਾਂ 'ਤੇ ਭੁੱਖਮਰੀ ਵਾਲੇ ਸ਼ਿਕਾਰ ਬਣ ਜਾਣਗੇ। ਜਿਹੜਾ
ਭਾਰਤ ਹੈ, ਭਾਰਤ ਦੇ ਵਿੱਚ ਪਹਿਲਾਂ ਵਧੀਆ ਸਿਸਟਮ ਚੱਲਦਾ ਸੀ, ਖੇਤੀ ਦੇ ਨਾਲ ਜਿਹੜਾ ਆਪਣੇ ਕੁਛ ਲੇਬਰ ਹੋਰ ਜੁੜੀ ਹੁੰਦੀ ਸੀ ਉਹਨਾਂ ਦਾ ਰੁਜ਼ਗਾਰ ਚੱਲਦਾ ਸੀ, ਜਿਵੇਂ ਪੁਰਾਣੇ ਸਮੇਂ 'ਚ 5x7 7x7 ਆਮ ਜਿਹੜੇ ਲੋਕ ਖੇਤੀ ਦੇ ਨਾਲ ਜੁੜਦੇ ਸੀ, ਕੰਮ ਕਰਦੇ ਸੀ, ਉਹਨਾਂ ਨੂੰ ਵੀ ਮਿਲਦਾ ਸੀ, ਜਿਵੇਂ ਲਸਣ ਗੰਢੇ ਤੋਂ ਲੈ ਕੇ ਹੁਣ ਪਿਆਜ਼ ਦੀਆਂ ਕੀਮਤਾਂ ਲਾ ਲਓ, ਆਲੂ ਲਾ ਲਓ, ਜਾਂ ਇਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਸੀਰੀ ਹੁੰਦਾ ਸੀ ਉਹਦਾ ਬਰਾਬਰ ਹਿੱਸਾ ਹੁੰਦਾ ਸੀ, 5x7 ਹੋਵੇ, 7x7 ਹੋਵੇ, 10x7 ਹੋਵੇ, ਉਹ ਜਿੰਨਾ ਮਰਜ਼ੀ ਹੋਵੇ। ਉਦੋਂ ਬਾਅਦ ਜਿਵੇਂ ਜਿਵੇਂ ਸਮੇਂ ਦੇ ਨਾਲ ਮਸ਼ੀਨਰੀ ਆਉਂਦੀ ਗਈ, ਉਹ ਬੰਦੇ ਖੇਤੀ 'ਚੋਂ ਬਾਹਰ ਹੋ ਗਏ, ਸਮਾਂ ਇਹੋ ਜਿਹਾ ਆਇਆ। ਉਦੋਂ ਬਾਅਦ ਜਿਹੜੀ ਛੋਟੀ ਕਿਸਾਨੀ ਸੀ 1 ਕਿੱਲੇ ਵਾਲੀ 2 ਕਿੱਲੇ ਵਾਲੀ, ਉਹ ਵੀ ਬਾਹਰ ਹੋ ਗਈ ਉਸ 'ਚੋਂ। ਹੁਣ ਜਿਹੜਾ 5 ਤੋਂ 7 ਕਿੱਲੇ ਵਾਲਾ ਜ਼ਿਮੀਂਦਾਰ ਆ ਉਹ ਵੀ ਬਾਹਰ ਹੋਣ ਨੂੰ ਤਿਆਰ ਹੈ, ਤਾਂ ਕਰਕੇ ਅਸੀਂ ਇਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਾਂ।